ਹਮੇਸ਼ਾ ਤੋਂ ਇਹ ਕੋਸ਼ਿਸ਼ ਰਹੀ ਹੈ ਕਿ ਮੈਂ ਤੁਹਾਨੂੰ ਉਹ ਜਗ੍ਹਾ ਵਿਖਾਵਾਂ ਜਿਹੜੀ ਜਿਹਦਾ ਜ਼ਿਕਰ ਤੁਸੀਂ ਕਿਸੇ ਕਹਾਣੀਆਂ ਦੇ ਅੰਦਰ ਸੁਣਿਆ ਲੇਕਿਨ ਉਹ ਤੁਸੀਂ ਵੇਖਿਆ ਨਹੀਂ ਹੈ। ਮੈਂ ਪਹਿਲੇ ਤੁਹਾਨੂੰ ਤਖ਼ਤ ਹਜ਼ਾਰਾ ਵਿਖਾਇਆ, ਰਾਂਝੇ ਦਾ ਪਿੰਡ, ਉਸ ਤੋਂ ਬਾਅਦ ਤੁਹਾਨੂੰ ਚੰਗ ਵਹਾਇਆ ਜਿਹੜਾ ਮਾਈ ਹੀਰ ਦਾ ਸ਼ਹਿਰ ਹੈ, ਹੁਣ ਮੈਂ ਤੁਹਾਨੂੰ ਦਾਨਾਬਾਦ ਲੈ ਕੇ ਆਇਆ ਵਾਂ ਮਿਰਜ਼ਾ ਸਾਹਿਬਾ ਦੀ ਲਵ ਸਟੋਰੀ ਦੇ ਹੀਰੋ ਮਿਰਜ਼ਾ ਦਾ ਪਿੰਡ ਵਿਖਾਉਣ ਵਾਸਤੇ। ਇਸ 'ਚ ਮੈਂ ਮਿਰਜ਼ੇ ਦੇ ਮਜ਼ਾਰ 'ਤੇ ਖੜ੍ਹਾ ਵਾਂ। ਕੁਝ ਥੋੜ੍ਹਾ ਜਿਹਾ ਕਹਾਣੀ ਦੇ ਸ਼ੁਰੂ ਦੇ ਬਾਰੇ ਵੀ ਦੱਸਦੇ ਚੱਲੀਏ, ਕਾਫੀ ਲੋਕਾਂ ਨੂੰ ਪਤਾ ਹੋਏਗਾ ਜਿਹਨਾਂ ਨੂੰ ਨਹੀਂ ਪਤਾ ਉਹਨਾਂ ਦੇ ਵਾਸਤੇ। ਮਿਰਜ਼ਾ ਬਚਪਨ ਦੇ ਅੰਦਰ ਇੱਕ ਬਹੁਤ ਹੀ ਸ਼ੈਤਾਨ ਬੱਚਾ ਹੁੰਦਾ ਸੀ, ਜਿਵੇਂ ਬੱਚੇ ਮਜ਼ਾਕ ਕਰਦੇ ਨੇ, ਤੰਗ ਕਰਦੇ ਨੇ ਲੋਕਾਂ ਨੂੰ, ਅਤੇ ਉਹਦੇ ਵਾਲਦ ਨੇ ਫੈਸਲਾ ਕੀਤਾ ਕਿ ਇਹਨੂੰ ਨਾਨਕੇ ਭੇਜ ਦਿੰਦੇ ਹਾਂ, ਉੱਥੇ ਆਪਣੇ ਮਾਮੂ ਦੇ ਕੋਲ ਵਗੈਰਾ ਜਾਂ ਆਪਣੇ ਖਾਲਾ ਵਗੈਰਾ ਕੋਲ ਰਹੇਗਾ ਅਤੇ ਉਹਨਾਂ ਦੇ ਪਿਆਰ ਨਾਲ ਸ਼ਾਇਦ ਠੀਕ ਹੋ ਜਾਵੇ। ਉਹਨਾਂ ਨੇ ਉੱਥੇ ਉਹਨੂੰ ਭੇਜ ਦਿੱਤਾ ਕਿ ਉੱਥੇ ਮਦਰਸਾ ਵੀ ਅੱਛਾ ਹੈ, ਉੱਥੇ ਤਲੀਮ ਅੱਛੀ ਹਾਸਲ ਕਰੇਗਾ ਅਤੇ ਬਿਹਤਰ ਹੋ ਜਾਵੇਗਾ। ਉੱਥੇ ਦੇ ਅੰਦਰ ਜਿਹੜੀ ਸਾਹਿਬ ਆਏ ਉਹ ਮਿਰਜ਼ਾ ਦੇ ਮਾਮੂ ਦੀ ਬੇਟੀ ਸੀ, ਅਤੇ ਇਹ ਦੋਨੋਂ ਇਕੱਠੇ ਪੜ੍ਹਦੇ ਸਨ ਉੱਥੇ ਮਦਰਸੇ ਦੇ ਅੰਦਰ। ਉੱਥੇ ਕਿਉਂਕਿ ਕੁਝ ਲੋਕ ਲਿਖਦੇ ਨੇ, ਕੁਝ ਜਿਨ੍ਹਾਂ ਨੇ ਤਹਿਰੀਰ ਕੀਤੀਆਂ ਨੇ ਕਹਾਣੀਆਂ, ਕੁਝ ਲੋਕ ਲਿਖਦੇ ਨੇ ਕਿ ਮਿਰਜ਼ਾ ਅਤੇ ਸਾਹਿਬਾ ਦੀ ਸਟਾਰਟ ਦੇ ਅੰਦਰ ਹੀ ਜਿਹੜੀ ਸੀ ਉਹ ਇਹਨਾਂ ਦੀ ਮੰਗਣੀ ਹੋਈ ਸੀ, ਮੰਗਣੀ ਕੀਤੀ ਗਈ ਸੀ ਜਾਂ ਉਹਨਾਂ ਨੇ ਮੰਗ ਸੀ ਮਿਰਜ਼ਾ ਸਾਹਿਬਾ ਦੀ। ਕੁਝ ਲੋਕ ਲਿਖਦੇ ਨੇ ਕਿ ਨਹੀਂ ਸੀ ਹੈ, ਇਹ ਵੱਲਾ ਆਲਮ ਅੱਲਾ ਬਿਹਤਰ ਜਾਣਦਾ ਇਸ ਚੀਜ਼ ਨੂੰ। ਲੇਕਿਨ ਫਿਰ ਉਸ ਤੋਂ ਬਾਅਦ ਜਿਵੇਂ ਉਹਨਾਂ ਦਾ ਮਿਲਣਾ ਮਿਲਾਉਣਾ ਸ਼ੁਰੂ ਹੋਇਆ, ਸਾਹਿਬਾ ਦੇ ਭਾਈਆਂ ਨੂੰ ਬੁਰਾ ਲੱਗਣਾ ਸ਼ੁਰੂ ਹੋ ਗਿਆ। ਉਹਨਾਂ ਨੇ ਫਿਰ ਆਖਿਆ ਕਿ ਨਹੀਂ, ਅਸੀਂ ਮਿਰਜ਼ਾ ਦੇ ਨਾਲ ਨਹੀਂ ਕਰਨਾ, ਆਪਣੀ ਭੈਣ ਦਾ ਵਿਆਹ, ਸਾਹਿਬਾ ਦਾ ਵਿਆਹ ਅਸੀਂ ਮਿਰਜ਼ਾ ਨਾਲ ਨਹੀਂ ਕਰਨਾ। ਅਤੇ ਲੇਕਿਨ ਫਿਰ ਮਿਰਜ਼ਾ ਨੇ ਆਖਿਆ ਸੀ ਕਿ ਮੇਰੇ ਨਾਲ ਗੱਲ ਹੋਈ ਹੈ ਅਤੇ ਮੇਰੇ ਨਾਲ ਹੀ ਵਿਆਹ ਹੋਏਗਾ। ਅਤੇ ਸਾਰੀ ਫਿਰ ਲਾਗਤਬਾਜ਼ੀ ਦੇ ਅੰਦਰ ਇਹ ਉਹਨੂੰ ਪਿਆਰ ਕਰਦਾ ਸੀ, ਉਹਨੇ ਕਿਹਾ ਮੈਂ ਵੀ ਨਹੀਂ ਛੱਡਣਾ, ਉਹਨਾਂ ਵੀ ਕਿਹਾ ਸੀ ਰਿਸ਼ਤਾ ਨਹੀਂ ਦੇਣਾ। ਅਤੇ ਖੈਰ ਮਿਰਜ਼ਾ ਜਿਹੜਾ ਸੀ ਉਹ ਸਾਹਿਬਾ ਨੂੰ ਪਜਾ ਕੇ ਲੈ ਆਇਆ ਸੀ, ਅਤੇ ਇਹ ਜਗ੍ਹਾ ਜਿਹੜੀ ਦਾਨਾਬਾਦ ਤੋਂ ਕੋਈ 5-6 ਕਿਲੋਮੀਟਰ ਦੂਰ ਹੈ ਜਿੱਥੇ ਇਸ ਟਾਈਮ ਇਹਨਾਂ ਦਾ ਮਜ਼ਾਕ। ਅਤੇ ਮਜ਼ਾਰ ਇਸ ਲਈ ਜ਼ਰਾ ਕੁ ਦੂਰ ਹੈ ਕਿਉਂਕਿ ਮਿਰਜ਼ਾ ਜਿਹੜਾ ਸੀ, ਮਿਰਜ਼ਾ ਅਤੇ ਸਾਹਿਬਾ, ਮਿਰਜ਼ਾ ਨੇ ਆਖਿਆ ਸੀ ਕਿ ਅਸੀਂ ਇੱਥੇ ਇੰਤਜ਼ਾਰ ਕਰਨੇ ਹਾਂ। ਕੁਝ ਕਹਾਣੀ ਲਿਖਣ ਵਾਲਿਆਂ 'ਚ ਲਿਖਦੇ ਨੇ ਕਿ ਪਿੰਡ 'ਚ ਵਿਆਹ ਹੋ ਰਿਹਾ ਸੀ ਮਿਰਜ਼ਾ ਦੀ ਭੈਣ ਦਾ, ਅਤੇ ਉਹਨੇ ਆਖਿਆ ਸੀ ਕਿ ਇਸ ਟਾਈਮ ਜਾਣਾ ਮੁਨਾਸਬ ਨਹੀਂ, ਅਸੀਂ ਇੱਥੇ ਆਰਾਮ ਕਰਨੇ ਹਾਂ, ਬਾਅਦ 'ਚ ਅਸੀਂ ਪਿੰਡ ਜਾਵਾਂਗੇ। ਲੇਕਿਨ ਉਸ ਤੋਂ ਬਾਅਦ ਫਿਰ ਮਿਰਜ਼ਾ ਅਤੇ ਸਾਹਿਬਾ ਦੇ ਭਾਈ ਇੱਥੇ ਪਹੁੰਚ ਗਏ ਸਨ ਉਹਨਾਂ ਦਾ ਪਿੱਛਾ ਕਰਦੇ ਹੋਇਆਂ, ਅਤੇ ਉਸ ਤੋਂ ਅੱਗੇ ਉਹਨਾਂ ਨੇ ਸਾਰਿਆਂ ਨੂੰ, ਮਿਰਜ਼ਾ ਅਤੇ ਸਾਹਿਬਾ ਨੂੰ ਕਤਲ ਕਰ ਦਿੱਤਾ ਸੀ। ਔਰ ਉਸ ਤੋਂ ਬਾਅਦ ਜਿਹੜਾ ਇਹਨੇ ਮਿਰਜ਼ਾ ਨੇ ਵੀ ਜਵਾਬ ਦੇ ਵਿੱਚ, ਕੋਈ ਲਿਖਣ ਵਾਲੇ ਲਿਖਦੇ ਨੇ ਕਿ ਉਹਨਾਂ ਦੇ 3 ਭਰਾ ਮਾਰ ਦਿੱਤੇ ਸਨ। ਅੱਛਾ ਜੀ, ਇਹ ਮੇਰੀ ਬੈਕ ਸਾਈਡ 'ਤੇ ਉਹ ਹੀ ਦਰਖਤ ਹੈ ਜਿਹਦੇ ਵਿੱਚ ਤੁਸੀਂ ਸਟੋਰੀ ਦੇ ਐਂਡ 'ਤੇ ਸੁਣਦੇ ਹੋ ਤੁਸੀਂ ਕਿ ਤੀਰ ਤੋੜ ਦਿੱਤੇ ਸਨ ਕਿ ਉਹ ਮੇਰੇ ਭਾਈਆਂ ਨੂੰ ਮਾਰ ਨਾ ਦੇਵੇ। ਉਹਨੂੰ ਲੱਗਦਾ ਸੀ ਕਿ ਮੈਂ ਆਪਣੇ ਭਾਈਆਂ ਨੂੰ ਮਨਾ ਲਾਂਗੀ, ਭਾਈਆਂ ਮੇਰੀ ਸੁਣ ਲੈਣੀ ਹੈ, ਲੇਕਿਨ ਮੇਰੀ ਮਿਰਜ਼ੇ ਨੇ ਗੱਲ ਨਹੀਂ ਸੁਣਨੀ। ਉਹਨੇ ਤੀਰ ਤੋੜੇ ਸਨ, ਕੁਝ ਕਹਾਣੀਆਂ 'ਚ ਇਹ ਚੀਜ਼ ਆਉਂਦੀ ਹੈ, ਕੁਝ 'ਚ ਆਉਂਦੀ ਹੈ ਕਿ ਉਹਨੇ ਤੀਰ ਨਹੀਂ ਸਨ ਤੋੜੇ ਸਾਹਿਬਾਂ ਨੇ। ਲੇਕਿਨ ਇਹ ਵੀ ਉਹ ਦਰਖਤ ਮੇਰੀ ਬੈਕ ਸਾਈਡ 'ਤੇ ਅੱਜ ਵੀ ਆਪਣੀ ਅਸਲ ਹਾਲਤ ਦੇ ਅੰਦਰ ਮੌਜੂਦ ਹੈ। ਜਿਹੜਾ ਤੀਰ ਅੰਦਾਜ਼ੀ ਦਾ ਮੁਕਾਬਲਾ ਹੋਇਆ ਸੀ ਦਿੱਲੀ ਦੇ ਅੰਦਰ, ਜਿਹਦੇ ਵਿੱਚ ਮਿਰਜ਼ਾ ਨੇ ਫਸਟ ਪੁਜੀਸ਼ਨ ਹਾਸਲ ਕੀਤੀ ਸੀ, ਅਤੇ ਉਹਨੂੰ ਬਾਦਸ਼ਾਹ ਨੇ ਆਖਿਆ ਸੀ ਤੈਨੂੰ ਜਿਹੜੀ ਚੀਜ਼ ਚਾਹੀਦੀ ਹੈ ਤੂੰ ਮੰਗ, ਅਤੇ ਘੋੜੀ ਉਹਨੂੰ ਇੱਕ ਪਸੰਦ ਆਈ ਸੀ ਉਹਦੇ ਬਾਦਸ਼ਾਹ ਦੇ ਅਸਤਬਲੀ 'ਚੋਂ, ਉਸ ਘੋੜੀ ਨੂੰ ਵੀ ਮਾਰ ਦਿੱਤਾ ਗਿਆ ਸੀ ਸਾਹਿਬਾਂ ਦੇ ਭਾਈਆਂ ਦੀ ਤਰਫੋਂ, ਅਤੇ ਉਹ ਘੋੜੀ ਵੀ ਇੱਥੇ ਹੀ ਦਫਾ ਨੇ, ਉਹਦੀ ਕਬਰ ਵੀ ਇਹਦੀ ਬੈਕ ਸਾਈਡ 'ਤੇ ਬਣੀ ਹੈ ਕਿਉਂਕਿ ਉਹਨੂੰ ਬੜੀ ਪਿਆਰੀ ਸੀ, ਤਾਂ ਉਹਦੇ ਨਾਲ ਹੀ ਉਹਨਾਂ ਨੇ ਇੱਥੇ ਬੈਕ ਸਾਈਡ 'ਤੇ ਘੋੜੀ ਨੂੰ ਵੀ ਦਫਨ ਕੀਤਾ। ਵਿਆਹਾਂ ਦੀ ਅਗਾਂ ਬੁਲਾਦ ਆਈ ਸਹੀ ਉਹਨਾਂ ਨੂੰ ਉਹਨਾਂ ਉਹ 130 ਕਿੱਲੇ ਜ਼ਮੀਨ ਹੈ ਜਿਹਦੇ 80-90 ਗਾਰ ਆਪਣਾ ਬਣਦਾ, ਜਿਹੜੇ ਇਹਦੇ ਵਿਆਹਾਂ ਦੀ ਅਗਾਂ ਨਸਲ ਲੱਗੀ ਹੁੰਦੀ। ਅੱਛਾ, ਸਾਰੀ ਗਰਜੇ ਦੀ ਔਲਾਦ ਅਸੀਂ ਹਾਂ, ਡੇਖ ਤੋਂ ਚੜ੍ਹਦੇ ਨਨਕਾਣੇ ਸਰਜੇ ਦੀ ਹੋਰਾਂ ਲਾ ਡੇਖ ਤੋਂ ਬੈਠੀ ਹੈ, ਅਤੇ ਨੂਰ ਸਮਾਨ ਦੀ ਔਲਾਦ ਬੈਠੀ ਹੈ ਸਾਈ ਬਾਗ ਦੇ ਨਾਲ, ਔਰ ਡਿਪਟੀ ਵਾਲਾ ਚੱਕ ਕੇ ਬੱਲੋ ਸੀ ਕਿਹਦੀ ਔਲਾਦ ਚੋਂ ਉਹ ਗਰਜੇ ਦੀ ਗਰਜੇ ਦੀ। ਅੱਛਾ, ਜਿਹੜਾ ਮਿਰਜ਼ਾ ਦਾ ਭਰਾ ਗਰਜਾ ਸੀ ਗਰਜਾ ਦੀ ਔਲਾਦ ਜਾ ਨੂਰ ਸਮਾਨ ਮਿਰਜ਼ਾ, ਇਹ 4 ਭਾਈਆਂ 5ਵੀਂ ਬਹਿਣ 36 ਆਏ। ਹਾਂ ਹਾਂ ਹਾਂ, ਇਹ ਅਕਬਰ ਬਾਦਸ਼ਾਹ ਦੇ ਦੌਰੇ 'ਚ ਹੋਏ, ਦੁੱਲਾ ਭੱਟੀ ਪਿੰਡੀ ਭੱਟੀਆਂ ਦੀ ਵਾਲਾ ਅਤੇ 20 ਭਾਈਆਂ ਅੰਦਰ ਸਨੌਸ਼ਾ ਪਾਕ ਦੇ ਮੁਰੀਦ ਹੈ। ਇਹ ਮੁਰਾਬ ਜਲ
ਨਿੱਕਾ ਹੈ ਰਾਹ ਰਮੂ ਵੱਡਾ ਹੈ ਰਾਹ ਜਲਾਲ ਦੇ ਪੋਤਰੇ ਸਾਈ ਖਰਾ ਇਹ ਮੱਝੀ ਲੈਗਾ ਖੀਵਾ ਮਾਣੀਆਂ ਦਾ ਜ਼ਿਲ੍ਹੇ ਜੰਗ ਤੁਸੀਂ ਇਹਨਾਂ ਮੀਲ ਚਨੋਠਨ ਜਾਵੀਏ ਨਾ ਉੱਥੇ ਮੱਝੀ ਚਰਾਈ 'ਤੇ ਲੈ ਗਿਆ ਖਾਨ ਖੀਵੇ ਮਾਣੀਆਂ ਸਿਆਲ ਆਖਾ ਮੈਂ ਤੈਨੂੰ ਬੈਣ ਦਾ ਰਿਸ਼ਤਾ ਦੇਣਾ ਰਾਹ ਵੀ ਜਲਣ ਵਾਖੋ ਮਿਰਜੇ ਦੇ ਬਾਪ ਨੂੰ ਠੀਕ ਉਸ ਆਖਿਆ ਵੀ ਜਦੋਂ ਮੱਝੀ ਮੈਂ ਦਾਣਾ ਵਾਦ ਲੈ ਗਿਆ ਨਾ ਵਿਰਾਹ ਨਾਲ ਸਲਾਹ ਕਰਤੇ ਮੁੜ ਤੈਨੂੰ ਦੱਸਾਂਗਾ ਰਾਹ ਰਾਮੂ ਨਾ ਠੀਕ ਚਾਰ ਪੰਜ ਮਹੀਨੇ ਮੱਝੀ ਰੱਖੇ ਉਸ ਮੁੰਡਿਆਂ ਦੇ ਉਸ ਮੁੜੇ ਵਿਵਾਹ 'ਤੇ ਲਿਆ ਉਹਦੇ ਨਾਂ ਨਸੀਬੋ ਆ ਇਹਦੇ 'ਚ ਮਿਰਜਾ ਸਰਜਾ ਗਰਜਾ ਨੂਰ ਸਮਾਨ ਪੰਜਵੀਂ ਬੈਣ ਛੱਤੀ ਸਹੀ ਇਹ ਪੰਜਵੀਂ ਥਾਂ 'ਤੇ ਆਉਂਦੇ ਨੇ ਮਾਂ ਦੀ ਕੁੱਖ ਸੁੱਕਾ ਆ ਹਜ਼ਰਤ ਨਵ ਛੋਪਾ ਕਾ ਜਿੰਦਾ ਕਾਦਰਾ ਮਾਦਲ ਹੈ ਦਰਬਾਰ ਉਸ ਦੁਆ ਕੀਤੀ ਮੁੜਾ ਦੇਣ ਬਾਰਵੇਂ ਮਹੀਨੇ ਡਿਆ ਅੱਗੇ ਵੀ ਜਦੋਂ ਡੀਵੇਂ ਦੇ ਨਾਲ ਮਿਰਜਾ ਰੱਖਿਆ ਹਜ਼ਰਤ ਨਵ ਛਪਾਕ ਚਲੇ ਗਏ ਜਦੋਂ ਦਾ 12 ਸਾਲਾਂ ਦਾ ਹੋਇਆ ਐਡੇ ਐਡੇ ਮਿੱਟੀ ਦੇ ਛਦੋਲੇ ਬੜੇ ਅੱਗ 'ਚ ਪਕਾ ਅਤੇ ਦੀਆਂ ਬਹਿਣਾ ਖੂਹੀਆਂ ਖੂਹ ਹੁੰਦਿਆਂ ਨੇ ਇੱਥੋਂ ਪਿੰਡਾਂ 'ਚੋਂ ਪਾਣੀ ਉਹ ਗੜੇ ਵਰਦੀਆਂ ਇਸ ਗੁਲਾਹਲ ਨਾਲ ਮਾਰਨੇ ਗੜੇ ਤੋੜ ਦੇਣ ਸ਼ਰਾਰਤੀ ਸੀ ਹਾਂਜੀ ਮਾਂ ਪਿਓ ਅੱਖ ਪਏ ਉਹਨਾਂ ਆਖਿਆ ਨੂੰ ਖੀਵੇ ਗੱਲ ਲੈ ਪਈਏ ਮਾਮੇ ਦਾ ਗਾ ਮਾਮਾ ਸਿੱਧਾ ਕਰੇਗਾ ਛੇ ਸਾਹਿਬਾਂ 'ਤੇ ਰਾਸਤੇ ਫੜਦੇ ਰਹੇ ਮਸ ਜਾਂਦੇ ਜਦੋਂ ਮਾਮੇ ਲੱਗੇ ਦੋਵਾਂ ਦਾ ਇਹ ਲੋ ਗਿਆ ਸਾਹਿਬਾਂ 'ਤੇ ਮਿਰਜੇ ਦਾ ਵੀ ਨਾ ਤੋਂ ਮੈਨੇ ਸ਼ਾਦੀ ਕਰਾਉਣੀ ਨਾ ਮੈਂ ਮੈਨੇ ਕਰਾਉਣੀ ਘਰ ਆ ਗਿਆ ਆਇਆ ਨਾ ਹਜ਼ਰਤ ਨੂੰ ਛਪਾ ਕਾਏ ਬੈਠੇ ਜਿੰਦੀ ਹੈ ਦੁਆ ਦਾ ਉਹਨੂੰ ਆਖਿਆ ਮੁਰਸ਼ਿਦਾ ਮੇਰੇ ਅੱਖ ਦੁਆ ਕਰ ਵੀ ਮੈਨੂੰ ਮਾਮੇ ਦੇ ਜੀ ਸਾਹਿਬਾਂ ਡਿੱਗ ਜਾਵੇ ਠੀਕ ਹਜ਼ਰਤ ਨੂੰ ਛਪਾ ਕੇ ਆਖਿਆ ਮਿਰਜਾ ਯਾ ਦੁਨੀਆ 'ਤੇ ਨਾਂ ਰੱਖ ਲੈ ਅਤੇ ਯਾ ਸਾਹਿਬਾਂ ਰੱਖ ਠੀਕ ਇਸ ਆਖਿਆ ਜੀ ਮੇਰਾ ਮੁੜ ਦੁਨੀਆ 'ਤੇ ਨਾਂ ਰਵੇ ਰੱਖਣੀ ਸੀ ਆਪਣੇ ਉਸ ਬੀਬੋ ਮਾਸੀ ਨੂੰ ਆਖਿਆ ਮੈਨੂੰ ਸਾਹਿਬਾਂ ਸਾਧ ਲਿਆ ਦਿਓ ਗਈ ਉਸ ਖਾਨ ਖੀਵੇ ਨੂੰ ਆਖਿਆ ਮੇਰੀ ਮੱਝ ਨੂੰ ਸੋਲ ਹੈ ਕਦੀ ਜ਼ਮੀਨ 'ਤੇ ਬਣਦੀ ਕਦੀ ਉੱਠਦੀ ਮੈਨੂੰ ਵਾਢੀਆਂ ਗੁਆਢੀਆਂ ਨੇ ਕੁੜੀਆਂ ਆਖਿਆ ਵੀ ਜਿਹੜੀ ਕੁੜੀ ਗਰਨੇ ਹੱਥੀ ਹੋਵੇ ਨਾ ਉਹ ਚੁੱਲ੍ਹੇ 'ਚ ਸਵਾਲ ਹੈ ਅਤੇ ਛਾਣਨੀ 'ਚ ਪਾ ਅਤੇ ਕੰਢ 'ਤੇ ਦੋੜੇ ਅਤੇ ਮੱਝ ਦਾ ਸੂਲ ਵੱਲ ਹੋ ਜਾਵੇ ਉਹ ਲਿਆਈ ਗਾਇਟਾ ਡੇਟ ਬੈਠੇ ਮਾਸੀ ਦੇ ਘਰ ਸਾਹਿਬਾਂ ਮਿਰਜੇ ਨੂੰ ਆਖਿਆ ਮਿਰਜੇ ਸਾਹਿਬਾਂ ਨੂੰ ਆਖਿਆ ਵੀ ਤੂੰ ਹੁਣ ਘਰ ਚਲੇ ਜਾ ਮੈਂ ਤੈਨੂੰ ਗਰੂ ਜਾ ਕੇ ਲਵਾਂਗਾ ਇੱਥੋਂ ਲੈ ਜਾਵਾਂ ਅਤੇ ਮੇਰੀ ਮਾਸੀ ਦੇ ਪਿੰਡ 'ਚ ਜੇ ਵੱਡੇ ਉਹਨਾਂ ਪਊਗਾ ਬਾਹਰ ਵਗਾ ਦੇ ਉਹ ਘਰ ਚਲੀ ਗਈ ਅਤੇ ਰਾਤੀ ਉੱਠਿਆ ਬਿੱਲੀ ਲੁਹਾਰ ਅਸਨ ਨੂੰ ਆਖਿਆ ਸਰੀਆ ਟੋਕ 'ਤੇ ਏਡੀ ਨਹੀਂ ਇਹਦਾ 12 ਮੈਨੂੰ ਕਿਲੀਆਂ ਬਣਾ ਦੇ ਅਤੇ ਗੁਸੂ ਬਣਾ ਕਰ ਦੇ ਲੁਹਾਰ ਆਖਿਆ ਮਿਰਜਾ ਹੁਣ ਰਾਤ 'ਤੇ ਦਿਨ ਹੋਇਆ ਤਾਂ ਮੈਂ ਬਣਾ ਦੇਵਾਂਗਾ ਉਸ ਉਸ ਆਖਿਆ ਵੀ ਸੁਬਹ ਕਰੋ ਉਸ ਆਖਿਆ ਵੀ ਨਹੀਂ ਬਣਾ ਦੇ ਸਾਂ ਉਸ ਮਿਰਜੇ ਆਖਿਆ ਲੁਹਾਰ ਦੀ ਘਰ ਦੀ ਉੱਠੀ ਵੀ ਇਹ ਕੌਣ ਹੈ ਲੁਹਾਰ ਆਖਿਆ ਜੀ ਨਿੱਕਣ ਦਾ ਮੇਰਾ ਬਾਈ ਬਣਿਆ ਹੈ ਮਿਰਜਾ ਖਰੋਦਾ ਨਾ ਵੱਧਦਾ ਉਹਨਾਂ ਦਾ ਦੁਕਾਨ ਗਰਮ ਕਰ ਅਤੇ ਕਿਲੀਆਂ ਕੁੱਟਦੇ ਉਸ ਆਖਿਆ ਉਹ ਤੁਹਾਨੂੰ ਜ਼ਰੂਰਤ ਰਾਤ ਨੂੰ ਉਸੇ ਉਸ ਕਿਲੀਆਂ ਬਣਵਾਈਆਂ ਜਿਹੜੇ ਕਮਰੇ 'ਤੇ ਸੁੱਤੀ ਪਈ ਸੌੜੀ ਨਾਲ ਕਿਲੀਆਂ ਠੁਕਿੰਦਾ ਗਿਆ ਕਿਲੀਆਂ ਦੀ ਪੌੜੀ ਬਣਾ ਲਿਓ ਲੈ ਸਾਹਿਬਾਂ ਨੂੰ ਆਖਿਆ ਪੈਰ ਰੱਖ ਅਤੇ ਆ ਜਾ ਮੇਰੇ ਮਗੇਰ ਮਗੇਰ ਬਾ ਲਿਓ ਉਸ ਮਾਈ 'ਤੇ ਤਾਂ ਬਾਇਆ ਜਿੱਥੇ ਖਾੜਾ ਹੁੰਦਾ ਪਿਆ ਉੱਥੇ ਫਿਰੋਜੇ ਡੋਗਰ ਜਾਂ ਮਾਈ ਠੱਲੇ ਵੀ ਤੁਸੀਂ ਕੰਜਰੀਆਂ 'ਤੇ ਸੁਣਦੇ ਹੋ ਅਤੇ ਮਿਰਜਾ ਖਰੋ ਸਾਹਿਬਾਂ ਲੈ ਤਾਂ ਦਾਨਾਬਾਦ ਪਹੁੰਚਣਾ ਮੇਰੇ ਦੁਆ ਉਸ ਦਾਨਾਬਾਦ ਪਹੁੰਚਣਾ ਮੇਰਾ ਪਾਠੀ ਬਣ ਗਿਆ ਨੇ ਉੱਥੋਂ ਗੋੜੀਆਂ ਗੋੜਿਆਂ 'ਤੇ ਰਾਤ ਨੂੰ ਬਲਾ ਮਗਰ ਵਾਰ ਪਈ ਲੱਗਦੀ ਆਹ ਜਾਂਡੇ 200 ਸਾਲ ਤੋਂ ਵਿੱਚੋਂ ਸਾਡੇ ਪਿਵਾਂ ਦੇ ਵੇਲੇ ਵੀ ਖਾ ਲਈ ਆ ਉਦੋਂ ਅੱਗੇ ਖਰੇ ਜਵਾਨੀ 8 ਸਦੀਆਂ ਗੁਜ਼ਰ ਗਈਆਂ 6 ਗੁਜ਼ਰ ਗਈਆਂ ਇਹ ਉਦੋਂ ਦਾ ਜੰਡ ਇਹਦੇ ਥੱਲੇ ਆ ਗਏ ਉੱਥੇ ਕੋਈ ਆਉਂਦੇ ਪੱਖੂ ਬੈਠਾ ਸਾਹਿਬਾਂ ਕਹਿ ਮਿਰਜਾ ਨਿਸ਼ਾਨਾ ਵੀ ਖਾ ਇਹਦੇ ਮੂੰਹ 'ਚ ਕੀੜਾ ਹੈ ਮੇਰੀ ਜੋਲੀ 'ਚ ਆ ਜਾਵੇ ਅਤੇ ਵੀ ਵੱਜ ਜਾਵੇ ਜੋ ਆਉਂਦੇ ਮਿਰਜਾ ਤੀਰ ਮਾਰਿਆ ਉਹਦੇ ਝੁੰਝੇ ਹੀ ਲੱਗਾ ਜਾਂ ਝੁੰਝ ਪੱਟੀ ਜੀ ਕੀੜਾ ਸਾਹਿਬਾਂ ਦੀ ਜੋਲੀ 'ਚ ਪੱਖੂ ਹੀ ਬਚ ਗਿਆ ਮਿਰਜੇ ਆਖਿਆ ਸਾਹਿਬਾਂ ਇੱਥੇ 5-6 ਮੀਲ ਦਾਨ 6-1 ਮੀਲ ਦਾਣਾ ਵੱਧ ਰਹਿ ਗਿਆ ਮਾਣ ਆਪਣੀ ਜਗੀਰ 'ਚ ਆ ਗਿਆ ਦਾਣਾਵਾਦੀ ਮੈਨੂੰ ਸਾਏ ਲੈਣ ਦੇ ਤਾਂ ਪਿਛਲੇ ਟਾਈਮ ਪਹੁੰਚ ਜਾਂਦੇ ਹਾਂ ਕਸੀਰ ਸਿਰਫ 4 ਰਹਿ ਗਏ ਜੇ ਸਹੀ ਛੱਪੜੀ ਨਵਾ ਦੇਣ ਕੁੱਤੇ ਆਵੜੇ ਗੁੜੀਆਂ ਗੋੜਿਆਂ ਦੇ ਨਾਲ ਸਾਹਿਬਾਂ ਦੇ ਪਿੱਕ ਕੇ ਉਹ ਗੁੜੀਆਂ ਗੋੜਿਆਂ ਨਾਲ ਪਿਆਰ ਹੁੰਦਾ ਕੁੱਤਿਆਂ ਦਾ ਵੀ ਉਹ ਸਿਰਫ ਸਾਹਿਬਾਂ ਸੁੱਤੇ ਨੂੰ ਉਠਾਇਆ ਮਿਰਜਾ ਉੱਠਿਆ ਇਸ ਕੋਈ ਦੋਵੇਂ ਤਿੰਨ ਨਾਂਦੇ ਮਾਰੇ ਮਿਰਜੇ ਸਾਹਿਬਾਂ ਨੂੰ ਉਹਨਾਂ ਮਾਰ ਗੱਤਿਆ ਉਹਨਾਂ ਬੰਦੇ ਗੋੜੀਆਂ 'ਤੇ ਰੱਖੇ ਅਤੇ ਜੰਗ ਨੂੰ ਗੋੜੀ ਵਫਾਦਾਰ ਜਾਨਵਰ ਵੇਖੋ ਵਿੱਚ ਘਰ ਪਹੁੰਚੀ ਦਾਣਾਬਾਦ ਜੰਗਲ ਬਾਹਰ ਹੈ ਪਿਓ ਬਿਰਾਵਾਂ ਵੇਖੀ ਵੀ ਗੋੜੀ ਆ ਗਈ ਸੱਖਣੀ ਜਿਹੜੀ ਗਈ ਵੇਲਾ ਲੈਣ ਵੀ ਆਉਣਾ ਦੋਹਾਂ ਤਾਂ ਖਾਲੀ ਗਈ ਗੋੜੀ ਅੱਗੇ ਅੱਗੇ ਲੱਗੀ ਹੈ ਪਿਓ ਬਿਰਾ ਮਗਰ ਲੱਗਿਆ ਉਹਨਾਂ ਦੇ ਦਿਲ 'ਚ ਰੱਬ ਵੱਲੋਂ ਹੀ ਰਹਿਮ ਆਇਆ ਵੀ ਆਪਣੀ ਦਾਣਾਬਾਦ ਦੀ ਜਗੀਰ ਹੀ ਹੈ ਨਾ ਹੋਰ ਕਬਰਸਤਾਨ 5-6 ਮੁਰਦਾਂ 'ਚ ਉੱਥੇ ਮਦਰਸਾ ਸਜਿੰਦਾ ਦਾਣਾਬਾਦ ਦੇ ਨਾਲ ਘਰ ਦੇ ਕੋਲ ਵੀ ਦਫਨਾ ਸਕਦੇ ਹਾਂ ਬਿਲਕੁਲ ਉਹਨਾਂ ਨੂੰ ਅੱਲਾ ਉਹਨਾਂ ਦਾ ਮਰਲਾ ਇੱਥੇ ਹਾ ਉਹਨਾਂ ਨੂੰ ਨਸੀਬ ਸਹੀ ਨਵਾਜ਼ ਵਾਦ ਜਨਾਜ਼ਾ ਘਰ 'ਤੇ ਦਫਨਾਇਆ ਗਿਆ ਉਹ ਦੂਰ 'ਤੇ ਮੁੜ ਜਾ ਗੋੜੀ 20 ਦੇ ਜੀਵੀ 25 ਦੇ ਜੀਵੀ ਦੇ ਗਮ 'ਚ ਕਬਰ 'ਤੇ ਹੀ ਰਹੀ ਉਹ ਮਰ ਗਈ ਦਰਬਾਰ ਦੇ ਮੰਗੇਰੇ ਹੁੰਦੀ ਕਬਰ ਉਹ ਦੁੱਤਿਆਂ ਦੀ ਮਾਂ ਮੁੜ ਗਈ ਰਾਰ ਮੁੱਲ ਵੀ ਆ ਮੇਰੇ ਬੱਚੇ ਦਾ ਬਦਲਾ ਲਓ ਜਿੰਨੇ ਖਰਾ ਲਓ ਬਦਲਾ ਨਾ ਲੈ ਸੋ ਮੈਂ ਕੋਈ ਕੌਮਦਾਰ ਕਰ ਬਸ ਖਰਾ ਗਏ ਕੋਈ ਨੰਦੇ ਮੋਹ ਕੋ ਜਿਹੜੇ ਉੱਥੇ ਜਦੋਂ ਨਾ ਮਾਰੇ ਉਹ ਸਾਡੇ ਵਟਕਿਆਂ ਦਾਣਾ ਵਾਸ ਛੱਡਿਆ